ए आकाशवाणी जम्मू है बड़ले खबरें शुद्धन्दर स्वागत पहले खास खास खबरें करने में श्रुति खजूरिया लेफ्टिनेंट गवर्नर मनोज सिन्हा और कल सिविल सेक्रेटरी आयोजित एलजी मुलाकात नादेकारी कार्यक्रम दौरान आम लोगों के लिए समस्याएंगी सुनियते सरकारी दफ्तरे दे कामकाज तक गतिविधियों दा आंकलन कि� नीति आयोग के मुख्य कार्यकारी और लेफ्टिनेंट गवर्नर मनोज सिन्हा हुने मलाटी कर जम्मू कश्मीर के विकास संबंधी बक -बक मामले पर चर्चा की प्रधानमंत्री नरेंद्र मोदी और आजादी का अमृत महोत्सव के जन आंदोलन का रूप ले लेने पर खुशी जाहिर की बर्मिंगम च जारी राष्ट्रमंडल खेडे भारत के अंचिता शूली हो वेट लिफ्टिंग च तहतर किलोग्राम भार वर्गन्ने का तगमा बजाज ਲੇਫਟਨੈਂਟ ਗਵਰਨਰ ਮਨੋਤ ਸਿਨਾਉਰ ਨੇ ਕੱਲ ਸਿਵਲ ਸੈਕਟਰੀਟਚ ਆਯੋਜਿਤ ਐਲਜੀਜ਼ ਮੁਲਾਕਾਤ ਨਾਦੇ ਕਾਰਜਕ੍ਰਮ ਦਰਨ ਆਮ ਲੋਕਾਂ ਦੀਆਂ ਸਮੱਸਿਆਵਾਂ ਗੀ ਸੁਨਿਆ ਤੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਤੇ ਗਤੀਵਿਧੀਆਂ ਦਾ ਆਕਲਨ ਵੀ ਕੀਤਾ ਸ਼੍ਰੀ ਸਿਨਾਉਰ ਨੇ ਸਰਬੰਧਤ ਅਧਿਕਾਰੀਆਂ ਗੀ ਆਖਿਆ ਜਿਓ ਵਿਕਾਸ ਬਾਦਦੇਲੀ ਪ੍ਰਕਿਰਿਆ ਚ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਣਾ ਆਪਣੀਆਂ ਸਮੱਸਿਆਵਾਂ ਲਈਏ ਮਿਲਣ ਗਈ ਆਏ ਦਲੂਕਾਂ ਕਨੇ ਗੱਲਬਾਤ ਕਰਦੀ ਹੋਈ ਲੈਫਟ-ਹੈਂਡ ਗਵਰਨਰ ਉਰਿੰ ਸਰਬੰਦਤ ਡਿਪਟੀ ਕਮਿਸ਼ਨਰਿੰਗੀ ਇਸ ਮਾਮਲੇ ਬਾਰੇ ਜਾਣਕਾਰੀ ਲੈਤੀ ਤੇ ਇਹਨੇ ਮਾਮਲੇ ਦਾ ਘੱਟੋ-ਘੱਟ ਸਮੇਂ ਦੇ ਅੰਦਰ ਨਿਬੇੜਾ ਕਰਵਾਉਣ ਲਈ ਮੌਕੇ ਪਰ ਕਈ ਇਦਾਇਤਾਂ ਵੀ ਜਾਰੀ ਕੀਤੀਆਂ ਲੈਫਟ-ਹੈਂਡ ਗਵਰਨਰ ਉਰਿੰ ਡਿਪਟੀ ਕਮਿਸ਼ਨਰਿੰਗ ਦੇ ਨਿਰਦੇਸ਼ ਤਤਾ ਜੀ ਉਹ ਆਪਣੇ ਸਰਬੰਦਤ ਜ਼ਿਲ੍ਹੇ ਚ ਆਯੋਜਿਤ ਜਨ ਸਭਾਆਂ ਦੀਆਂ ਰਿਪੋਰਟਾਂ ਹਰ ਹਫ਼ਤੇ ਸਭ ਜਮ੍ਹਾਂ ਕਰਵਾਉਣ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਰਮੇਸ਼ਵਰਨ ਅਯਰ ਹੋਰੇ ਕੱਲ ਰਾਜ ਭਵਨ ਜਾਈਏ ਲੈਫਟਨੈਂਟ ਗਵਰਨਰ ਮਨੋਜ ਸਿਨਾਮ ਦੇ ਨਾਲ ਮਲਾਟੀ ਕੀਤੀ ਬੈਠਕ ਦੌਰਾਨ ਅਯਰ ਹੋਰੇ ਸਿਨਾਮ ਦੇ ਕੰਨ ਜੰਮੂ ਕਸ਼ਮੀਰ ਦੇ ਵਿਕਾਸ ਸਰਬੰਧੀ ਬਕ ਬਕ ਮਾਮਲਿਆਂ ਉੱਪਰ ਚਰਚਾ ਕੀਤੀ ਇਸ ਮੌਕੇ ਸਿਨਾਮ ਹੋਰੇ ਗਲਾਇਆ ਕਿ ਜੰਮੂ ਕਸ਼ਮੀਰ ਸਰਕਾਰ ਨੇ ਭਲਿਆਂ ਏਟਲੀ ਸਤਹ ਪਰ ਲੋਕਤੰਤਰਿਕ ਪ੍ਰਕਿਰਿਆ ਦੀ ਤਗੜਾ ਬਣਾਣੇ ਸਰਵਜਨਿਕ ਸੇਵਾਵਾਂ ਦੀ ਦਸਤਿਆਬੀ ਕਰਵਾਣੇ ਤੇ ਯੁਵਾਵਾਂ ਵਾਸਤੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਕੀਤੇ ਕਈ ਗਈ ਪੁੱਟੀਆਂ ਨੇ ਮੁੱਖ ਸਕੱਤਰ ਡਾਕਟਰ ਅਰुण ਕੁਮਾਰ ਮੈਤੌਰੇ ਅਤੇ ਸੀਈਓ ਰਿੰਗੀ ਪਿਛਲੇ ਬਰੇ ਥਮਾ ਕੇਂਦਰ ਸਿਆਸਤ ਪ੍ਰਦੇਸ਼ ਚ ਕਰਵਾਈ ਜਾਰਦੀ ਵਿਕਾਸ ਬਾਧੇ ਵਾਲੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਡਾਕਟਰ ਮੈਤੌਰੇ ਜੰਮੂ ਕਸ਼ਮੀਰ ਚ ਸੇਤ ਯੋਜਨਾ ਦੀ ਅਮਲ ਆਵਰੀ ਰਾਈਬਾਈ ਸੈਕਟਰ ਚ ਆਨੇਗੇ ਸੁਧਾਰੇ 40 ਹਜ਼ਾਰ ਯੂਥ ਕਲੱਬਾਂ ਦੀ ਸਥਾਪਨਾ ਹਰ ਇੱਕ ਪੰਚਾਇਤ ਚ ਖੇਡਾਂ ਸਰਬੰਧੀ ਟਾਂਚ ਚ ਬਿਹਤਰੀ ਤੇ ਤਕਰੀਬਨ 37 ਲੱਖ ਯੁਵਾਆਂ ਲਈ ਖਰੀਮਤੀ ਗਿੰਤਰੀ ਚ ਖੇਡ ਮੁਕਾਬਲੇ ਦੇ ਆਯੋਜਨ ਜਨਈ ਪਹਿਲ ਕਦਮੀਆਂ ਪਰ ਵੀ ਲੋਪਾਈ ਇਸ ਮੌਕੇ ਕਰੇ ਮਕਾਨੇ ਤੇ ਸ਼ਹਿਰੀ ਵਿਕਾਸ ਵਿਭਾਗ ਸਣੇ ਸਕੂਲੀ ਸਿੱਖਿਆ ਵਿਭਾਗ ਯੋਜਨਾ ਵਿਕਾਸ ਤੇ ਨਿਗਰਾਨੀ ਵਿਭਾਗ ਦੇ ਪ੍ਰਸ਼ਾਸਨਿਕ ਸਚਿਵਾਂ ਵੀ ਆਪਣੇ ਮਹਿਕਮੇ ਪਾਸਿਆ ਕੀਤੇ ਗਏ ਕਮੀਆਂ ਤੇ ਸੁਧਾਰੇ ਬਾਰੇ ਪੇਸ਼ਕਾਰੀਆਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸ ਗੱਲ ਪਰ ਖੁਸ਼ੀਜ਼ਾਰ ਕੀਤੀ ਹੈ ਜੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੇ ਇੱਕ ਜਨ ਅੰਦੋਲਨ ਦਾ ਰੂਪ ਲਏ ਲਿਆ। आकाशवाणी पर कल अपने मन की बात कार्यक्रम दौरान बोलती हुई प्रधानमंत्री मोदी ओरियांख्या जे समाज दा हर एक तबका ते हर उम्र दी लोग आजादी का अमृत महोत्सव कने सरबंदत बक बक कार्यक्रम में कने जुड़ा कर देना उनियांख्या जे इस बारी दा मन की बात मता खास इस करिये भी है कि जे इस बार भारत अपनी आजादी दे 75 बरे पूरे करा करता प्रधानमंत्री ओर श्रोताएं की आंखियां जे ओ बड़े खुशकिस्मत कि जे उनदा जर्म आजाद भारत च है ਉਨੇ ਇਹ ਵੀ ਆਖਿਆ ਜੇ ਲੱਖਾਂ ਬੱਦੇ ਦੇਸ਼ ਵਾਸੀਏ ਗੁਲਾਮੀ ਖਿਲਾਫ ਲੜਾਈ ਲੜੀ ਤੇ ਆਪਣੇ ਬਲੀਦਾਨ ਨੇ ਕਰਨਾ ਭਾਰਤ ਕੀ ਆਜ਼ਾਦ ਕਰਵਾਇਆ। ਕਦੂਆ ਜ਼ਿਲ੍ਹੇ ਦੇ ਬਿਲਾਵਰ ਇਲਾਕੇ 'ਚ ਇੱਕ ਕੱਚਾ ਮਕਾਨ ਟੇ ਹੀ ਜਾਣੇ ਕਰੀ ਉਹਦੇ ਇਠ ਦੋਂ ਲੋਕ ਦੇ ਬੱਚੇ ਦਬੋਈ ਗਏ ਜਿਸ ਲਈ ਕਿ ਤਰੇ ਹੋਰ ਲੋਕ ਨਾਲੇ 'ਚ ਆੜ ਕਰੀ ਟੁੱੜ ਗਏ ਨਾ। ਬਿਲਾਵਰ ਇਲਾਕੇ 'ਚ ਬੜੀ ਭਾਰੀ ਬਰਖਾ ਹੋਈ ਜਿਹਦੇ ਚਲਦੇ ਕਈ ਥਾਰੇ ਲਾਸ ਪਸਸੀਆਂ ਪਈਆਂ ਤੇ ਪਿਆਲ ਗ੍ਰਾਂ 'ਚ ਇੱਕ ਕੱਚਾ ਘਰ ਟਹਿ ਪਿਆ। ਮਗਰ ਬੁਲਡੋਜ਼ਰ ਦੀ ਮਦਦ ਕਰਨੇ ਮਲਬਾਟਾ ਆ ਗਿਆ ਜਿਦੇ ਇਠਾ ਓਕੜੇ ਬੱਚੇ ਜਿਹੜੇ ਭੈਣ ਭਰਾ ਹੈ ਗੀ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਗੇ ਮ੍ਰਿਤਕੋਸ਼ਿਤ ਕਰ ਦਿੱਤਾ ਇਸੇ ਦਰਾਨ ਕਟੂਆ ਜ਼ਿਲ੍ਹੇ ਦੇ ਤਰਨਾਹ ਨਾਲੇ ਚ ਆੜ ਆਉਣੀ ਕਰੀ ਇੱਕ ਟਰੈਕਟਰ ਟਰਾਲੀ ਤੇ ਤਰੇਹ ਲੋਕ ਰੂੜੀ ਗਏ ਲਾਪਤਾ ਵਿਅਕਤੀ ਕੀ ਆਚੀ ਵਾਲੀ ਥਾਰਤ ਹੈ ਕੋਈ 7-8 ਕਿਲੋਮੀਟਰ ਦੇ ਛਿੰਡੇ ਥਮਾ ਕੱਢਿਆ ਗਿਆ ਬਾਕੀ ਲਾਪਤਾ ਦੋਂ ਲੋਕਾਂ ਦੀ ਤਲਾਸ਼ ਕੀਤੀ ਜਾ ਕਰਦੀ ਹੈ ਕਬੀਲਾਈ ਮਾਮਲੇ ਸਰਬੰਦੀ ਮੈਕਮਨ ਹੈ ਬਕਵਕ ਜ਼ਿਲ੍ਹੇਂ ਚ ਬਲਾਕ ਸਤੇ ਪਰ ਪੱਟੀਦਰਜ ਜਨਜਾਤੀ ਦੇ ਵਿਦਿਆਰਥੀਆਂ ਵਾਸਤੇ ਪੰਜੀ ਨਵੇਂ ਹੋਸਟਲ ਬਣਾਉਣ ਦੇ ਕੰਮੈ ਕੀ ਖੀਰੀ ਰੂਪ ਦਿੱਤਾ ਹੈ ਇਹਦੇ ਇਲਾਵਾ ਦੂਰ ਦਰੇਡੇ ਦੇ ਇਲਾਕੇਂ ਚ ਵਿਦਿਆਰਥੀਆਂ ਕੀ ਰਿਆਇ ਸ਼ਿਸੂਲਤਾ ਪ੍ਰਦਾਨ ਕਰਨ ਦੇ ਆਸਤੇ ਲੰਮੇ ਚਿਰith ਮਬਕਾਇਆ ਪਿਤੇ ਦਸੇ ਹੋਸਟਲ ਲੰਗੇ ਮੁਕੰਮਲ ਕਰਨ ਦੇ ਤੇ ਵੀ ਗਈ ਪੁੱਟੀਆਂ ਜਾ ਕਰਦੀਆਂ ਅਗਲੇ ਦੋਂ ਪਰਿਂਚ ਬਣਾਏ ਜਾਣੇ ਵਾਲੇ ਪੰਜੀ ਨਵੇਂ ਹੋਸਟਲਾਂ ਸਤੇ ਸਰਕਾਰ ਐ 100 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਇੰਤੇਚ ਡੇਟਸਵ ਵਿਦਿਆਰਥੀ ਪ੍ਰਤੀਯੋਗਤਲ ਦੇ ਸਭਾ ਕੁੱਲ 3750 ਵਿਦਿਆਰਥੀਆਂ ਦੇ ਰੋਣੀ ਦੀ ਬਵਸਥਾ ਹੋ ਗੀ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕਲ ਕੋਰੋਨਾ ਵਾਇਰਸ ਦੇ 704 ਨਵੇਂ ਮਾਮਲੇ ਸਾਹਮਣੇ ਆਏ। ਇੰਤੇ 4210 ਮਾਮਲੇ ਜੰਮੂ ਡਿਵੀਜ਼ਨ ਥਮਾ ਤੇ 494 ਮਾਮਲੇ ਕਸ਼ਮੀਰ ਕਾਟੀ ਦੇ ਬਾਕੀ ਬਾਕੀ ਹਿੱਸੇਂ ਚਾ ਦਰਜ ਕੀਤੇ ਗਏ। ਇਹਨੇ ਨਵੇਂ ਮਾਮਲੇ ਗਿਣ ਲਈਏ ਪ੍ਰਦੇਸ਼ ਚ ਕੋਵਿਡ ਦੇ ਅਜੇ ਤੱਕ ਸਾਹਮਣੇ ਆਏ ਕੇ ਦੇ ਕੁੱਲ ਮਾਮਲੇ ਦੀ ਗਿਣਤਰੀ 464768 ਹੋ ਗਈ ਹੈ। ਕਲ ਜੰਮੂ ਡਿਵੀਜ਼ਨ ਚ ਕਰੋਨਾ ਵਾਇਰਸ ਕਰੀ ਇੱਕ ਕਮਜ਼ੋਰ ਦੀ ਮੌਤ ਹੋਈ ਕਿਹਾ ਉਹ ਕਲ 555 ਕੋਵਿਡ ਕਸਰੀ ਠੀਕ ਵੀ ਹੋਏ ਨਾ ਜਿਹਨੇ ਕਿ ਪ੍ਰਦੇਸ਼ ਦੇ ਬਖ ਬਖ ਹਸਪਤਾਲੇ ਸ਼ਾ ਛੁੱਟੀ ਦੇ ਦਿੱਤੀ ਗਈ ਇੰਤਜਾ 229 ਜਨੇ ਜੰਮੂ ਡਿਵੀਜ਼ਨ ਥਮਾ ਤੇ 326 ਜਨੇ ਕਸ਼ਮੀਰ ਥਮਨ ਜੰਮ ਕਸ਼ਮੀਰ ਚੋਂ ਕਰੋਨਾ ਵਾਇਰਸ ਦੇ 4859 ਐਕਟਿਵ ਪੋਜ਼ਿਟਿਵ ਮਾਮਲੇ ਨੇ ਜਿਸ ਲੇ ਕੇ 455136 ਲੋਕ ਇਸ ਮਹਾਮਾਰੀ ਥਮਾ ਠੀਕ ਹੋਏ ਕਿਤੇ

भारत का राष्ट्रीय झंडा जिस अस तिरंगा भी आखने वाला डिजाइन तैयार करने पिंगली जन्म हन्म आहा ए जवाब तुम सीमेल इंडिया हो सही जवाब भेजने आए श्रोताए या परची राय त्रो श्रोताएं की ताल जेतू के तौरा अपना पूरा पता जरूर लिखता तुम्हें सर्टिफिकेट डाके तुन रें तुने घरें तरफ पजाए जा बाकी खबरें श्रुति खजूरिया बर्मिंगम च जारी राष्ट्रमंडल खेडें च भारत दे अंकिता शुली हो वेट लिफटिंग च तहत्र किलोग्राम भारत वर्ग चून् का तगमा हासिल कर पूरे मुल्क दा ना रोशन किता भीह बी अंकिता शुली हो तै सौ तेरह किलोग्राम दी सांझी कोशिश करने ने दा तगमा अपने ना कि वेट लिफ्टिंग च भारत दे खड़ारी इस बारी बड़ी खरी कारकर दसते होई कुल छ तगमे हासिल किं एद पह मीराबाई चानू ने जैरमी लाल रेणूंगा होने का तगमा जितया बिंदिया रानी देवी संकेत सरगर ने चांदी के तगम हासिल करिए कि गुरूराजा पुजारी होह का तगमा जितिया राष्ट्रपति द्रौपदी मुर्मू ते प्रधानमंत्री नरेंद्र मोदी होंजिता शुली हो सुने का तगमा जितने पर मुबारकबाद दी जमू के भगवती नगर आधार शिविर सर अज बै सख्त सुरक्षा बंदोबस्त हे ਤੁੰਜਾਮਨਾਤ ਸ਼ਰਦਲੁੰਗ ਦੇ ਜਥਾ ਨੂੰ ਨਵੰਤਿ ਬਾਲਤਲ ਲਈ ਰਵਾਨਾ ਹੋ ਪਗਵਤੀ ਨਗਰ ਅਲਿਆਧਾਰ ਸ਼ਿਵ ਦੇ ਨੋੜਾ ਅਧਿਕਾਰੀ ਮਤਾਬਕ ਕੁੱਲ 21 ਲੋਕੀ ਤੇ ਵੱਡੀ ਗੱਡੀਆਂ ਦੇ ਕਾਫਲੇ 'ਚ ਸਵਾਰ ਇਸ ਜਥੇ 'ਚ 338 ਮਰਦ 106 ਮਹਿਲਾ ਤੇ 14 ਸਾਧੂ ਸ਼ਾਮਿਲ ਹੈ ਅੱਜ ਰਵਾਨਾ ਹੋ ਇਹ ਦੇਸ਼ ਜਥੇ ਕੀ ਰਲਾਈ ਹੈ ਜੰਮੂ ਦੇ ਆਧਾਰ ਸ਼ਿਵ ਅਥਮਾ ਅਜੇ ਤੱਕ ਰਵਾਨਾ ਹੋਏ ਤੇ ਅਮਨ ਆਸ਼ਰਦਲੁੰਦੀ ਕੁੱਲ ਕਿੰਤਰੀ 1 ਲੱਖ 50 ਹਜ਼ਾਰ 70 ਰੁਪਏ ਗਈ ਹੈ ਉਹ ਜਾਣਕਾਰੀ ਸਾਡੇ ਸੰਵਾਦ ਅਥਮਾ कर रात ऐसी महाकुन स्टाप शेषनाग संगम चंदनवाड़ी पांचतर धुमेल और बालतल के क्षेत्रों में वर्षा हो रही है और अभी तक किसी भी श्रद्धालुओं को पवित्र गुफा की तरफ जाने की अनुमति नहीं दी गई प्रशासन का कहना है कि मौसम में सुधार आने के बाद और रास्ता ठीक होने पर श्रद्धालुओं को पवित्र गुफा जाने की अनुमति दी जाएगी एक हफ्ते ऐसी पवित्र गुफा जाने वाले रास्तों आरोप मौसम खराब होने की वजह ऐसी यात्रा भी प्रभावित हुई है और पिछले कई दिनों ऐसी जम्मू ऐसी पवित्र गुफा की तरफ आने वाले श्रद्धालुओं में भी कमी दर्ज की गयी है राजमार्ग के मिहाड़ रामबन में आज सुबह पत्थर गिराने के बायस यातायात कुछ देर के लिए रोक दी गयी थी तहम पत्थरों को हटाने के बाद वाहनों को अपने क्षेत्रों की तरफ जाने की अनुमति दी गयी आकाशवाणी जम्मू के लिए खुर्शीद पडरू ताई जम्मू भगवती नगर आले आधार शिविर ठीक आज बढ़ले पाँच सौ उसी श्रद्धालुओं का जत्था पुंछा अमरनाथ जी यात्रा ले, ले, ले भी रवाना हुआ ਬਾਗਬਾਨੀ ਮਹਿਕਮੇ ਦੇ ਜੰਮੂ ਨਿਦੇਸ਼ਕ ਰਾਮ ਸੇਵਕ ਹੋਰੇ ਕਲਕੱਟੂਆ ਜ਼ਿਲ੍ਹੇ ਦਾ ਵਿਆਪਕ ਦੌਰਾ ਕੀਤਾ ਤੇ ਬਕਬਕ ਥਾਰੇ ਪਰ ਨਿੰਬੂ ਪ੍ਰਜਾਤੀ ਆਂਬ ਤੇ ਲੀਚੀ ਦੇ ਪੌਦੇ ਲਾਣੇ ਸਰਬੰਦੀ ਮੁਹਿੰਮ ਦੀ ਸ਼ੁਰੂ ਕਰਵਾਇਆ ਨਿਦੇਸ਼ਕ ਹੋਰੇ ਕਠੂਆ ਬਨੋਟੀ ਤੇ ਈਰਾ ਨਗਰ ਦੇ ਕਿਸਾਨੇ ਕਨੇ ਗੱਲਬਾਤ ਕੀਤੀ ਤੇ ਉਹਨੇ ਕੀ ਮਹਿਕਮੇ ਆਸੇ ਕਿਸਾਨੇ ਦੀ ਭਲਾਈ ਬਿਹਤਰੀ ਲਈ ਤੇ ਉਹਦੇ ਉਹਨੇ ਕੀ ਬਦੋ ਬਦਲਾ ਹਾਸਲ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਦੇ ਬਾਰੇ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਕੱਲ ਆਪਣੇ ਮਨ ਕੀ ਬਾਤ ਕਾਰਜਕ੍ਰਮ ਦੌਰਾਨ ਉਕੜੇ ਕਰਸਾਨੇ ਦਾ ਜ਼ਿਕਰ ਕੀਤਾ ਜਿਹੜੇ ਮਖੀਦ ਦੀ ਪੈਦਾਵਾਰ ਚ ਬਿਹਤਰੀਨ ਕੰਮ ਕਰਾ ਕਰਦੇ ਨੇ ਪ੍ਰਧਾਨ ਮੰਤਰੀਓ ਨੇ ਸਾੰਬਾ ਜ਼ਿਲ੍ਹੇ ਦੇ ਪੱਲੀ ਗ੍ਰਾਮ ਦੇ ਬਸਨੀਕ ਵਿਨੋਦ ਕੁਮਾਰੋਂ ਦਾ ਨਾਮ ਲੱਤਾ ਵਿਨੋਦ ਕੁਮਾਰੋਂ ਦੇ ਪੋਰ ਪਾਲਨ ਦੀ ਸਿਖਲਾਈ ਲੈਤੀ ਤੇ ਉਨੋਂ ਅਰਬਰੇ 15.20 ਲੱਖ ਰੁਪਏ ਤੱਕ ਦੇ ਕਮਾਈ ਕਰਾ ਕਰਦਨ ਬਦਨ ਮਨਚੂਰੀਆਂ ਕੇ ਜੋ ਮਖੀ ਦੀ ਮਿਠਾਸ ਸਾਢੇ ਕਿਸਾਨੀ ਦੀ ਜ਼ਿੰਦਗੀ ਚ ਬਦਲਾਬ ਬੀ ਆਨੀ ਕਰਦੀ ਹੈ ਤੇ ਉਨਦੀ ਆਂਦਨ ਚ ਵਾਦਾ ਵੀ ਕਰਾ ਰਦੀ ਹੈ ਵਿਨੋਦ ਕੁਮਾਰ ਉਨਦੇ ਪਰਿਵਾਰ ਤੇ ਗ੍ਰਾਂਲੇ ਮੰਨ ਕੇ ਪਾਚ ਪ੍ਰਧਾਨ ਮੰਤਰੀ ਉਨਦੇ ਆਸੇ ਉਨ ਦਾ ਨਾਲ ਲੱਤੇ ਜਾਣੇ ਪਰ ਖੁਸ਼ੀ ਜ਼ਾਹਿਰ ਕੀਤੀ ਸਾਡੇ ਸੰਵਾਦਦਾਤਾ ਕਨੇ ਗੱਲ ਕਰਦੇ ਹੋਈ ਕਿਰਸਾਨ ਵਿਨੋਦ ਕੁਮਾਰ ਹੋਰੇ ਆਖਿਆ ਅੱਜ ਮੇਰੇ ਕੋ ਇਸ ਬਾਤ ਸੇ ਬਹੁਤ ਖੁਸ਼ੀ ਹੋਈ ਹੈ ਕਿ ਨਰਿੰਦਰ ਭਾਈ ਮੋਦੀ ਜੀ ਨੇ ਹਮਾਰੇ ਪੱਲੀ ਗਾਉਂ ਦਾ ਨਾਮ ਲਿਆ ਹਮਾਰਾ ਨਾਮ ਲਿਆ ਮੈਨੇ ਇਸ ਕੰਮ ਮੇ 27 ਸਾਲ ਹੋ ਗਿਆ ਛੋਟੇ ਸੇ ਲੈਵਲ ਸੇ ਸ਼ੁਰੂ ਕੀਤਾ ਥਾ आज मेरे पास कोई 12-1300 बक्सा है मैं अपने घर का गुजारा कर रहा हूं मैं यही चाहूंगा कि जो हमारे और भी भाई हैं वो करें इसी मधुमक्खी के काम को और अशी रोजगार बनाएं अपनी इनकम बढ़ाएं ये देखने का खबर का बुलेटिन समाप्त हुआ